ਅਸਲਾਮ ਵਾਲੇਕਮ ਲੋ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ। ਤੁਹਾਡੇ ਸਾਰਿਆਂ ਦਾ ਲਾਈਕ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੌਰਨ ਕਰ ਲਓ, ਕਿਉਂਕਿ ਮੈਂ ਜਾ ਰਿਹਾ ਵਾਂ ਮੰਜੀ ਠੋਕਣ ਮਿਰਜ਼ੇ ਜੇਲਮੀ ਦੀ। ਹਾਂਜੀ, ਮਿਰਜ਼ਾ ਜੇਲਮੀ ਉਹ ਜਨਮੀ ਉਹ ਬੇਗੈਰਤ। ਹਾਂਜੀ, ਯਕੀਨ ਕਰੋ ਕਿ ਇਹਦੇ ਨਾਲ ਪਹਿਲੇ ਵੀ ਜਿਹੜੀ ਨਾ ਉਹ ਇਹਨੂੰ ਡੋਜ਼ਾਂ ਮਿਲੀਆਂ ਨੇ। ਇਹਨੇ ਇਮਰਾਨ ਖਾਨ ਦੇ ਖਿਲਾਫ਼ ਬਕਵਾਸ ਕੀਤੀ ਅਤੇ ਇਹਨੂੰ ਚੰਗੀ ਭਲੀਏ ਦੀ ਇਹਨੂੰ ਨੰਗਾ ਕਰਕੇ ਦੀ ਲਿਥਰੋਲ ਕੀਤੀ ਗਈ ਸੋਸ਼ਲ ਮੀਡੀਆ 'ਤੇ। ਲੇਕਿਨ ਇਹ ਬਗੈਰਤ ਆਦਮੀ ਫਿਰ ਨਹੀਂ ਮੁੜਿਆ ਔਰ ਫਿਰ ਕੋਈ ਨਾ ਕੋਈ ਵਿੱਚੋਂ ਬਕਵਾਸ ਕਰਦਾ ਹੀ ਰਿਹਾ। ਟਾਊਟ ਇਹ ਚਵਲ ਆਦਮੀ, ਹਾਲਾਂਕਿ ਇੰਨੀ ਇੱਜ਼ਤ ਤੈਨੂੰ ਮਿਲੀ ਉਹ ਸਾਰਾ ਕੁਛ ਜਿਹੜਾ ਨਾ ਉਹ ਖੂਹ ਖਾਤੇ 'ਚ ਤੈਨੇ ਪਾਇਆ ਹੀ ਪਾਇਆ। ਲੇਕਿਨ ਇੱਕ ਗੱਲ ਅੱਛੀ ਹੋ ਗਈ ਕਿ ਪਟਵਾਰੀ ਨੰਗਾ ਹੋ ਕੇ ਸਾਹਮਣੇ ਆ ਗਿਆ ਬਗੈਰਤ। ਯਕੀਨ ਕਰਾਂ, ਮੈਂ ਪਹਿਲੀ ਵਾਰ 'ਤੇ ਵੀਡੀਓ ਪਾਈ ਅਤੇ ਚੰਗੀ ਭਲੀਏ ਦੀ ਮੈਂ ਟਾਈਮ ਪਾਸ ਕੀਤੀ, ਉਹਦੇ ਬਾਅਦ ਚੁੱਪ ਹੋ ਗਿਆ। ਉਹਦੇ ਬਾਅਦ ਆਇਆ ਕਿ ਮੈਂ ਆਹ ਇਮਰਾਨ ਖਾਨ ਦਾ ਵੋਟਰ ਹਾਂ ਜੀ, ਇਹ ਵੋ ਹੈ। ਅਤੇ ਲੋਕ ਕਹਿਣ ਲੱਗ ਗਏ ਕਿ ਚਲੋ ਯਾਰ ਇਹਦਾ ਸੋਫਟਵੇਅਰ ਅਪਡੇਟ ਹੋ ਗਿਆ। ਅਤੇ ਮੈਂ ਵੀ ਕਿਹਾ ਚਲੋ ਯਾਰ ਸ਼ਾਇਦ ਬੰਦੇ ਦਾ ਬੱਚਾ ਬਣ ਗਿਆ। ਚਲੋ ਮੈਂ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ। ਮੈਂ ਕਿਹਾ ਚਲੋ ਯਾਰ ਛੱਡੋ, ਦਫਾ ਕਰੋ, ਕੋਈ ਗੱਲ ਨਹੀਂ। ਅਤੇ ਬਸ ਆਪਣੇ ਕੰਮ ਨਾਲ ਕੰਮ ਰੱਖੇ, ਨਾ ਆਵੇ ਇੱਧਰ। ਲੇਕਿਨ ਐਸਾ ਬਗੈਰਤ ਹੈ, ਐਸਾ ਵੱਡਾ ਦਗੜ ਦੱਲਾ, ਯਕੀਨ ਕਰੋ ਇਹ ਮੁੜਦਾ ਹੀ ਨਹੀਂ। ਹਾਂ, ਇਹਨੂੰ ਪਤਾ ਨਹੀਂ ਕੀ ਇਹਦੀ ਢੂਹੀ 'ਚ ਡੰਡਾ ਦਿੰਦੇ ਨੇ ਉਹ। ਇਹ ਨੱਚਦਾ ਹੀ ਆਉਂਦਾ ਬਗੈਰਤ। ਹਾਂ, ਉਹ ਇਤਨੀ ਵੱਡੀ ਗੱਲ ਕਰ ਦਿੱਤੀ ਕਿ ਐਡਾ ਵੱਡਾ ਝੂਠ, ਔਰ ਝੂਠ ਤਾਂ ਇਹਦੇ ਕਿਸੇ ਤੋਂ ਛੁੱਪੇ ਨਹੀਂ ਹੋਏ। ਯਕੀਨ ਕਰੋ, ਇੱਕ ਤਾਂ ਆਪ ਕੰਜਰ ਹੈ ਔਰ ਜਿਹੜਾ ਇਹਨੂੰ ਸੁਣਦਾ ਨਾ ਉਹ ਵੀ ਕੰਜਰ ਹੈ। ਜਾਓ, ਇੰਜ ਦੇਰ ਇੰਜ ਹੀ ਸਹੀ, ਮੈਂ ਤਾਂ ਨਹੀਂ ਸੁਣਦਾ ਭਾਈ ਇਹਨੂੰ। ਸਿੱਧੀ ਗੱਲ ਹੈ, ਮੈਂ ਤਾਂ ਇਹਨੂੰ ਜਿਹੜਾ ਨਾ ਇਹਨੂੰ ਲਾ ਕੇ ਪਰਾਂ ਮਾਰਿਆ ਬਗੈਰਤ ਨੂੰ, ਚਵਲ ਆਦਮੀ ਨੂੰ। ਐਡਾ ਝੂਠ ਬੋਲਦਾ ਇਮਰਾਨ ਖਾਨ ਦੇ ਖਿਲਾਫ਼, ਔਰ ਜਿੰਨੇ ਵੀ ਇਹਦੀ ਝੂਠ ਬੋਲਿਆ ਸਾਰੇ ਐਕਸਪੋਜ਼ ਹੋਏ ਪ੍ਰੂਫ ਦੇ ਨਾਲ, ਵੀਡੀਓ ਲਾ ਕੇ ਜਿਹੜਾ ਉਹਨਾਂ ਨੂੰ ਦਿਖਾਇਆ ਗਿਆ ਅਤੇ ਮੂੰਹ 'ਤੇ ਮਾਰੇ ਗਏ ਬਗੈਰਤਾ। ਤੂੰ ਝੂਠ ਬੋਲਦਾ, ਝੂਠਾ ਆਦਮੀ ਹੈ ਤੂੰ ਬਗੈਰਤਾ। ਇਹ ਹੁਣ ਪਿਛਲੇ ਦਿਨਾਂ ਵੀ ਕਹਿ ਰਿਹਾ ਸੀ ਕਿ ਜਿਹੜੇ 6 ਜੱਜਾਂ ਨੇ ਖਾਤੇ ਲਿਖਿਆ ਜੀ, ਇਹਨਾਂ 'ਚੋਂ 4 ਜੱਜ ਅਤੇ ਜਿਹੜੇ ਨਾ ਉਦੋਂ ਕਿੱਥੇ ਸੀ, ਜਦੋਂ ਸ਼ੌਕਤ ਜੀ ਸਦੀਕੀ ਬੋਲਦਾ ਸੀ ਉਦੋਂ ਨਹੀਂ ਆਇਆ, ਸਾਰੇ ਯੇ ਨੇ ਵੋ ਦੇ ਫਲਾਣੇ, ਮੈਂ ਨਹੀਂ ਇਹਨਾਂ ਨੂੰ ਯਕੀਨ ਕਰਦਾ, ਫਲਾਣਾ ਟਿੰਗੜਾ। ਉਹ ਤੂੰ ਨਾ ਕਰ ਯਕੀਨ, ਹਾਂ ਉਹ ਤੂੰ ਝੂਠ ਤਾਂ ਨਾ ਬੋਲ। ਉਹ 4 ਜੱਜ ਉਦੋਂ ਹੈ ਹੀ ਨਹੀਂ ਸੀ, ਉਹਨਾਂ ਨੇ ਹਲੇ ਵੀ ਬਾਅਦ 'ਚ ਚੁੱਕਿਆ ਉਹਦੇ ਜਦੋਂ ਸ਼ੌਕਤ ਜੀ ਦੇ ਕੇ। ਯਾਰ ਇਹ ਕਹਿੰਦਾ ਮੈਂ ਬੜਾ ਵੱਡਾ ਰਿਸਰਚਰ ਹਾਂ, ਮੈਂ ਬੜਾ ਵੱਡਾ ਪਤਾ ਨਹੀਂ ਕੀ, ਭੈਣ ਖਾਨ ਹੈ ਬੜਾ ਵੱਡਾ, ਯਕੀਨ ਕਰੋ ਗੁੱਸਾ ਹੀ ਬੜਾ। ਐਲ ਤੁਸੀਂ ਮੈਂ ਤਾਂ ਜੋ ਸੁਣਾਉਣ ਜਾ ਰਿਹਾ ਨਾ, ਅਤੇ ਤੁਸੀਂ ਕਹੋਗੇ ਕਿ ਇਹਦੀ ਕੋਈ ਨਾ ਬੰਦਾ ਢੋਲਕੀ ਪਾੜ ਦੇਵੇ ਇਹਦੀ, ਚਵਲ ਆਦਮੀ ਦੀ, ਮਿਰਜ਼ਾ ਜਨਮੀ ਬਗੈਰਤ, ਇਮਰਾਨ ਖਾਨ ਦੇ ਖਿਲਾਫ਼ ਕੀ ਕਹਿ ਰਿਹਾ, ਜ਼ਰਾ ਸੁਣੋ ਜ਼ਰਾ। ਔਰ ਹਮਾਰੇ ਲੀਡਰ ਨੇ ਹਮੇ ਐਸਾ ਨਹੀਂ ਬਤਾਇਆ, ਮਤਲਬ ਇਮਰਾਨ ਖਾਨ ਸਾਹਿਬ ਨੇ। ਔਰ ਸੇਮ ਇਸੀ ਤਰ੍ਹਾਂ ਸਰ, ਜੋ ਆਪਕੇ ਸਟੂਡੈਂਟਸ ਹੈ ਵੋ ਵੀ ਜ਼ਿਆਦਾਤਰ। ਉਹ ਅੱਲਾ ਸੇ ਡਰੋ, ਕਿਸ ਬੰਦੇ ਕਾ ਨਾਮ ਲੈ ਰਹੇ ਹੋ, ਜਿਸ ਕੀ ਜ਼ੁਬਾਨ ਜੋ ਹੈ ਵੋ ਹਰ ਵਕਤ ਗੰਦਗੀ ਕੇ ਲੀਏ ਖੁਲਤੀ ਹੈ ਮੈਜੋਰਿਟੀ ਕੇਸਿਸ ਮੇਂ। ਅੱਲਾ ਸੇ ਡਰੋ ਯਾਰ, ਅੱਲਾ ਕੋ ਜਾਨ ਦੇਣੀ ਹੈ। ਕਿਸੀ ਕੀ ਸ਼ਕਲ ਅੱਛੀ ਲੱਗਤੀ ਹੈ, ਕਿਸੀ ਕੋਈ ਆਪਕੋ ਅੱਛਾ ਲੱਗਤਾ ਹੈ, ਤੋ ਖਾਮ ਖਾ ਉਸਕੀ ਝੂਠੀ ਤਾਰੀਫਾਂ ਤੋ ਨਾ ਕਰੋ। ਉਸ ਬੰਦੇ ਕੀ ਜ਼ੁਬਾਨ, ਪਾਕਿਸਤਾਨ ਕੇ ਕਿਸੀ ਲੀਡਰ ਕੀ ਜ਼ੁਬਾਨ ਇਤਨੀ ਗੰਦੀ ਨਹੀਂ ਹੈ ਜਿਤਨੀ ਉਸ ਬੰਦੇ ਕੀ ਜ਼ੁਬਾਨ ਹੈ। ਕਿਆ ਬਾਤ ਕਰ ਜੀ, ਇਹ ਬਕਵਾਸ ਇਹਦੀ ਸੁਣੋ ਜ਼ਰਾ। ਐਡਾ ਬਗੈਰਤ ਤੂੰ, ਐਡਾ ਟੂ ਹਰਾਮਖੋਰ, ਹਰਾਮਜ਼ਾਦਾ ਬਗੈਰਤ, ਝੂਠ ਬੋਲ ਰਿਹਾ ਉੱਤੋਂ ਬੈਠਾ। ਕੀ ਕਹਿ ਰਿਹਾ ਜੀ, ਸਾਰੇ ਲੀਡਰਾਂ ਨੂੰ ਜ਼ਿਆਦਾ ਗੰਦੀ ਜ਼ੁਬਾਨ ਇਮਰਾਨ ਖਾਨ ਦੀ। ਯਾਰ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਹ ਇਮਰਾਨ ਖਾਨ ਜਿਹਨੂੰ ਪੂਰੀ ਕੌਮ ਨੇ ਵੋਟ ਦਿੱਤਾ, ਹਾਂ ਇਹਦਾ ਮਤਲਬ ਹੈ ਕਿ ਸਾਰੀ ਕੌਮ ਇਹ ਹੀ, ਸਾਰੀ ਕੌਮ ਦੀ ਜ਼ੁਬਾਨ ਗੰਦੀ ਹੈ। ਉਹ ਬਗੈਰਤਾ, ਉਹ ਦਗੜ ਦੱਲਿਆ, ਉਹ ਪਟਵਾਰੀਆ, ਉਹ ਥੱਕੇ ਹੋਏ ਖੋਤੀ ਦਿਆ ਬੱਚਿਆ, ਇਹੀ ਹੋਰ ਕੀ ਬੰਦਾ ਕਹਿ ਸਕਦਾ ਯਾਰ। ਐਡਾ ਵੱਡਾ ਝੂਠ ਬੋਲ ਰਿਹਾ ਕੰਜਰ ਬਗੈਰਤ, ਦੋਨੋਂ ਇਹ ਗੱਲ ਹੈ ਮੰਨਣ ਵਾਲੀ। ਇਹਨੇ ਕੀ ਸੁਣਿਆ ਇਮਰਾਨ ਖਾਨ ਕੋ, ਇਮਰਾਨ ਖਾਨ ਨੇ ਇਹਦੀ ਭੈਣ ਨੂੰ ਗਾਲਾਂ ਕੱਢੀਆਂ ਨੇ, ਇਮਰਾਨ ਖਾਨ ਨੇ ਇਹਦੀ ਮਾਂ ਨੂੰ ਗਾਲਾਂ ਕੱਢੀਆਂ ਨੇ, ਜਾਂ ਫਸਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਸੇ ਦੇ ਵਿੱਚੋਂ ਨੇ। ਹਾਂ ਕੀ ਕੀਤਾ ਇਹਨੇ, ਦੱਸ ਦੱਸ, ਬਗੈਰ ਤਾਂ ਬੋਲਦਾ ਨਹੀਂ ਤੂੰ ਜਨਮੀ, ਬੋਲ ਖੋਤਿਆ, ਉਹ ਪਟਵਾਰੀਆ, ਉਹ ਮੋਟੇ ਦਿਮਾਗ ਵਾਲਿਆ ਦੱਲਿਆ, ਬੋਲਦਾ ਕਿਆ ਨਹੀਂ ਤੇ ਹੁਣ।
ਉਹ ਬੋਲ ਬਗੈਰ ਤਾਂ ਬੋਲ, ਦੱਸ ਕੀ ਕੀਤਾ ਇਮਰਾਨ ਖਾਨ ਨੇ? ਤੈਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਚੌਂਕ ਚ ਖਲੋ ਕੇ, ਆਹੋ ਜੇਲਮ ਜਾ ਕੇ, ਤੇਰੀ ਅਕੈਡਮੀ ਦੇ ਬਾਹਰ ਜਾ ਕੇ ਤੇਰੀ ਮਾਂ ਭੈਣ ਹੀ ਕੀਤੀ ਉਹਨੇ। ਦੱਸ ਹੁਣ, ਬੋਲਦਾ ਨੀ ਦਲਿਆ, ਬੋਲ ਹੁਣ। ਇਹੋ ਜਿਹਾ ਦਲਾ ਹਰਾਮ ਦਾ ਬਗੈਰਤ ਹੈ, ਯਕੀਨ ਕਰੋ ਬੜਾ ਮੁਸ਼ਕਿਲ ਕੰਟਰੋਲ ਹੁੰਦਾ ਪਿਆ ਯਾਰ। ਯਾਰ ਝੂਠ ਬੋਲ ਰਿਹਾ ਯਾਰ, ਸਾਰੀ ਕੌਮ ਦਾ ਲੀਡਰ ਹੈ। ਹਾਂ ਉਹ ਜੇਲ੍ਹ ਦੇ ਵਿੱਚ ਸਾਰੇ ਜ਼ੁਲਮ ਉਹਦੇ ਨਾਲ ਹੁੰਦੇ ਨੇ। ਹਾਂ ਉਹ ਇਹ ਬਗੈਰਤ ਕੀ ਕਹਿ ਰਿਹਾ ਬੈਠਾ ਉੱਥੇ? ਉਹ ਜੀ ਉਹਦੀ ਬੜੀ ਗੰਦੀ ਜ਼ਬਾਨ ਹੈ, ਹਾਂ ਤੇਰੀ ਮਾਂ ਦੀ ਗੰਦੀ ਜ਼ਬਾਨ ਹੈ, ਤੇਰੀ ਭੈਣ ਦੀ ਗੰਦੀ ਜ਼ਬਾਨ ਹੈ, ਹਾਂ ਤੇਰੀ ਗੰਦੀ ਜ਼ਬਾਨ, ਤੇਰੇ ਸਾਰੇ ਖਾਨਦਾਨ ਦੀ ਗੰਦੀ ਜ਼ਬਾਨ ਹੈ, ਬਗੈਰਤਾ। ਮੇਰੇ ਮੂੰਹ 'ਚ ਕੁਛ ਹੋਰ ਸੁਣਦਾ ਨਹੀਂ ਯਾਰ, ਇਹ ਗੱਲ ਹੈ ਦੱਸੋ ਕਰਨ ਵਾਲੀ ਕੋਈ? ਯਾਰ ਐਡੀ ਬਕਵਾਸ ਕਰ ਰਿਹਾ, ਐਡੀ ਜ਼ਲਾਲਤ, ਐਡਾ ਤੂੰ ਭੈਣ ਖਾਂ ਬਣਿਆ, ਤੂੰ ਬਗੈਰਤਾ। ਹਾਂ ਤੂੰ ਬੈਠਾ ਉੱਥੇ ਬਕਵਾਸ ਕਰੀ ਜਾ ਰਿਹਾ ਕਿ ਇਮਰਾਨ ਖਾਨ ਇੰਝ, ਤੇ ਕੋਈ ਨਾ ਕੋਈ 4 ਦਿਨ ਹੀ ਨਿਕਲਦੇ, ਪਤਾ ਨਹੀਂ ਕੀ ਮਿਰਚਾਂ ਲਾ ਕੇ ਦਿੰਦੇ ਨੇ ਧੂਣੀ ਇਹਨੂੰ, ਬਗੈਰਤ ਨੂੰ ਇਹਦੀ ਟੂਈ 'ਚ ਧੂਣੀ ਪਾਉਂਦੇ ਨੇ, ਅਤੇ ਇਹ ਉੱਛਲਦਾ ਆ ਜਾਂਦਾ ਇਮਰਾਨ ਖਾਨ ਦੇ ਖਿਲਾਫ਼ ਬਕਵਾਸ ਕਰਨਾ। ਉਹ ਯਾਰ ਉਹ ਮੁੰਡਾ ਇੱਕ ਸਵਾਲ ਕਰ ਰਿਹਾ ਬੱਚਾ, ਹੈਂ ਉਹ ਪੁੱਛ ਰਿਹਾ ਤੇਰੇ ਕੋਲ, ਉਹਨੇ ਮਿਸਾਲ ਦਿੱਤੀ ਕਿ ਯਾਰ ਸਾਡੇ ਲੀਡਰ ਨੇ ਸਾਨੂੰ ਇਹੋ ਜਿਹੀ ਕੋਈ ਗੱਲ ਹੀ ਨਹੀਂ ਸਿਖਾਈ ਕਿ ਗਾਲਾਂ ਕੱਢੋ ਜਾਂ ਮੰਦੇ ਕੱਢੋ ਜਾਂ ਯੇ ਵੋ ਸਾਰਾ। ਇਹ ਤਾਂ ਤੇਰੇ ਵਰਗੇ ਭੈਣ ਹਾਂ ਬਗੈਰਤ ਨੇ ਦੱਲੇ ਜਿਹੜੇ ਬੈਠੇ ਆ ਕੇ ਝੂਠ ਬੋਲਦੇ ਨੇ। ਅੱਜ ਬਹੁਤ ਗੁੱਸਾ ਬਾਬਾ ਜੀ ਨੇ, ਬਹੁਤ ਸਾਰੇ ਵੀ ਬਾਬਾ ਜੀ ਕਹਿ ਰਹੇ ਨੇ। ਹਾਂ ਮੈਂ ਨਹੀਂ, ਮੈਂ ਬਾਬਾ ਜੀ ਦੀ ਗੱਲ ਤੁਹਾਡੇ ਤੱਕ ਰੱਖ ਰਿਹਾ ਵਾਂ ਕਿ ਐਸਾ ਵੱਡਾ ਦੱਲਾ ਹੈ ਬਗੈਰਤ, ਕਿਉਂ ਪੁੱਛ ਰਿਹਾ ਕਿ ਯਾਰ ਸਾਡੀ ਐਸੀ ਕੁਛ ਸਾਨੂੰ ਸਿਖਾਇਆ ਨਹੀਂ ਐਸਾ ਕੁਛ। ਹਾਂ ਅਸੀਂ ਤਾਂ ਤੇਰੇ ਵਰਗੇ ਦੱਲਿਆਂ ਨੂੰ ਦੇਖ ਕੇ ਗਾਲਾਂ ਕੱਢਦੇ ਹਾਂ ਕਿ ਬਗੈਰ ਜਦੋਂ ਝੂਠ ਬੋਲਦੇ ਨੇ ਆ ਕੇ ਕੈਮਰਾ ਸਾਹਮਣੇ ਰੱਖ ਕੇ, ਔਰ ਬੜਾ ਦੀਨ ਦਾ ਲਬਾਦਾ ਜਿਹੜਾ ਨਾ ਓੜ ਕੇ ਆ ਜਾਂਦਾ ਕਿ ਬੜਾ ਦੀਨੀ ਇਸਲਾਮੀ ਬੰਦਾ। ਹਾਂ ਅੰਦਰੋਂ ਇਹ ਗੰਦ ਹੈ, ਖੋਤਾ ਭਰਿਆ ਇਹਦੇ ਅੰਦਰ, ਖੋਤੇ ਖਾਂਦਾ, ਪਤਾ ਨਹੀਂ ਹਰਾਮ ਖਾਂਦਾ ਕੀ ਬਗੈਰਤ ਖਾਂਦਾ, ਇਹਦੇ ਮੂੰਹ 'ਚੋਂ ਗੰਦ ਨਿਕਲਦਾ, ਝੂਠ ਨਿਕਲਦਾ। ਹਾਂ 4 ਸੱਚੀਆਂ ਗੱਲਾਂ ਕਰਕੇ ਅਤੇ 100 ਝੂਠ ਬੋਲਦਾ ਬਗੈਰਤ। ਜਾਂ ਤਾਂ ਦਿਖਾ ਖਾਨ ਨੇ ਮੀਡੀਆ ਟਾਕ ਸਾਰੀ ਮਹਿਫੂਜ਼ ਹੈ ਖਾਂ ਦੀ, ਦਹਾ ਕਿੱਥੇ ਖਾਨ ਨੇ ਤੇਰੀ ਮਾਂ ਭੈਣ ਇੱਕ ਕੀਤੀ ਹੈ, ਹਾਂ ਕਿੱਥੇ ਉਹਨੇ ਗਾਲਾਂ ਕੱਢੀਆਂ ਨੇ, ਕਿੱਥੇ ਉਹਨੇ ਨਵਾਜ਼ ਸ਼ਰੀਫ ਨੂੰ ਲੰਮਾ ਪਾ ਕੇ ਅਤੇ ਆਹ ਕਰਤਾ ਗੇਮ ਕਰਤੀ ਤੋਂ ਅੱਗੇ ਜਾਤੀ ਹੈ, ਹਾਂ ਕਿੱਥੇ ਉਹਨੇ ਕਿਹਾ ਕਿ ਬੁਲਾਓ ਇਹਨੂੰ ਲਾਡਰ ਨੂੰ ਫੜਦਰ ਫੜਾਓ ਦੇ ਅਤੇ ਹਾਂਜੀ ਇੰਝ ਕਰ ਦਿੱਤੇ ਇੰਝ ਕਰ ਦਿੱਤਾ, ਕਿੱਥੇ ਉਹਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਕਦੀ ਵੀ ਨਹੀਂ ਕੀਤੀਆਂ, ਕੋਈ ਐਸੀ ਗੱਲ ਹੈ ਹੀ ਨਹੀਂ। ਤੋ ਜੀ ਇਹ ਇੱਕ ਹੋਰ ਚਵਲ ਔਰਤ, ਇੱਕ ਬਗੈਰਤ, ਦੋ ਨੰਬਰ ਕਿਸਮ ਦੀ, ਹਾਂਜੀ ਟਾਊਟ ਜਿਹੜੀ ਹੈ ਉਹ ਉਹ ਯਕੀਨ ਕਰੋ ਕਿ ਉਹ ਇੱਕ ਕਾਰਟੂਨ ਟਾਈਪ ਚੀਜ਼ ਹੈ। ਹਾਂ ਆਉਂਦਾ ਜਾਂਦਾ ਉਹਨੂੰ ਢੋਲਕੀ ਵਾਂਗੂ ਵਜਾਉਂਦਾ ਰਹਿੰਦਾ, ਹਾਂ ਮਤਲਬ ਜੋ ਮੈਸੇਜ ਉਹਦੇ 'ਚੋਂ ਕੱਢਣਾ ਹੁੰਦਾ ਉਹ ਕੱਢ ਕੇ ਦੇ ਦਿੰਦਾ। ਆ ਬੜੀ ਵੱਡੀ ਟਾਊਟ ਹੈ ਰਿਦਾ ਚੁੰਮੀ, ਚੁੰਮੀ ਜਿਹੜੀ ਹੈ ਉਹਨੇ ਮੈਸੇਜ ਦਿੱਤਾ ਕੋਈ ਕੌਮ ਦੇ ਨਾਮ, ਹਾਂਜੀ ਰਿਦਾ ਚੁੰਮੀ, ਅੰਦਾਜ਼ਾ ਕਰੋ ਇਹ ਦੌਰ ਵੀ ਆਉਣਾ ਸੀ ਸਾਡੇ 'ਤੇ, ਰਿਦਾ ਚੁੰਮੀ ਦੇ ਮੈਸੇਜਾਂ 'ਤੇ ਜਿਹੜਾ ਨਾ ਉਹਦੇ ਪੈਗਾਮਾਤ 'ਤੇ ਜਿਹੜਾ ਨਾ ਉਹ ਤਬਸਰੇ ਕਰਾਂਗੇ, ਅੰਦਾਜ਼ਾ ਕਰੋ ਸਾਡੇ ਕਿੱਥੇ ਆ ਗਿਆ ਸੀ। ਲੇਕਿਨ ਕੀ ਕਰੀਏ ਹੈਂਗਰ ਜਿਹੜੇ ਨੇ ਉਹ ਹੁਣ ਯੂਜ਼ ਇਹੋ ਜਿਹੀਆਂ ਕਰਦੇ ਨੇ ਚੁੰਮੀਆਂ, ਹਾਂ ਚੁੰਮੀ ਦੇ ਜ਼ਰੀਏ ਟ੍ਰਾਂਸਫਰ ਕਰਦੇ ਨੇ ਪੈਗਾਮ, ਉਹ ਆ ਕੇ ਬਕਵਾਸ ਕਰ ਦਿੰਦੀ ਹੈ ਅਤੇ ਸਾਨੂੰ ਫਿਰ ਸੁਣਨਾ ਪੈਂਦਾ, ਕਰਨਾ ਪੈਂਦਾ, ਦੇਖਣਾ ਪੈਂਦਾ ਕਿ ਬਈ ਕੀ ਹੋ ਰਿਹਾ। ਦੇਖੋ ਜ਼ਰਾ ਕੀ ਕਹਿ ਰਹੀ ਹੈ, ਇਮਰਾਨ ਖਾਨ ਕਾ ਨਾਮ ਲੈ ਕੇ ਪਾਕਿਸਤਾਨ ਤਰੀਕੇ ਇਨਸਾਫ ਜਬ ਤੱਕ ਸਿਆਸਤ ਕਰੇਗੀ ਮੇਰੇ ਨਜ਼ਦੀਕ ਤਬ ਤੱਕ ਪਾਕਿਸਤਾਨ ਤਰੀਕੇ ਇਨਸਾਫ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਇਮਰਾਨ ਖਾਨ ਇਜ਼ ਗੋਨ, ਇਮਰਾਨ ਖਾਨ ਇਜ਼ ਡਨ ਐਂਡ ਡਸਟਡ ਫੋਰ ਨਾਓ, ਇਮਰਾਨ ਖਾਨ ਅਭੀ ਖਤਮ ਸ਼ੁਦ ਹੈ, ਅਭੀ ਨਾਜ਼ਰੀਨ ਇਮਰਾਨ ਖਾਨ ਖਤਮ ਸ਼ੁਦ, ਹਾਂਜੀ ਹਰ 4 ਦਿਹਾੜੇ ਬਾਅਦ ਇਹ ਖਤਮ ਸ਼ੁਦ ਕਰ ਦਿੰਦੀ ਹੈ। ਹਾਂ ਇਹ ਆਪਣੇ ਤੌਰ 'ਤੇ ਨਹੀਂ ਕਰਦੀ, ਆਪਣੀ ਇੰਨੀ ਔਕਾਤ ਨਹੀਂ ਹੈ ਇਹਦੀ, ਹਾਂ ਕਿ ਇਹ ਬਕਵਾ ਆਪਣੀ ਇਹਦੀ ਔਕਾਤ ਉਹੀ ਹੈ, ਇਹਨੂੰ ਵੀ ਦੇ, ਉਹਨੂੰ ਵੀ ਦੇ, ਫਿਰ ਉਹਨੂੰ ਵੀ ਦੇ, ਫਿਰ ਮੈਨੂੰ ਵੀ ਦੇ, ਹਾਂ ਮੈਸੇਜ
ਪੈਗਾਮਾਤ ਦੇ, ਮਤਲਬ ਸਾਰਿਆਂ ਨੂੰ ਪੈਗਾਮਾਤ ਦੇ, ਸਾਰਿਆਂ ਨੂੰ ਪੈਗਾਮ ਦੇ ਦਿੰਦੀ ਹੈ, ਫਿਰ ਇਕੱਠੇ ਕਰ ਲੈਂਦੀ ਪੈਗਾਮ, ਇਕੱਠੇ ਕਰਕੇ ਆ ਕੇ ਬਕਵਾਸ ਕਰ ਦਿੰਦੀ ਹੈ, ਇਹੀ ਇਹਦੀ ਕੁੱਲ ਔਕਾਤ ਹੈ। ਹਾਂਜੀ, ਹੋਰ ਐਡਾ ਕੋਈ ਇਹਦੇ 'ਚ ਉਹ ਨਹੀਂ ਹੈ, ਲੇਕਿਨ ਖੈਰ ਯੂਜ਼ ਕਰਦੇ ਨੇ, ਹੈਂਡਰਾਈਟਿੰਗ ਦੱਸਦੇ ਨੇ, ਖਤਮ ਸ਼ੁੱਧ ਕਰਕੇ ਜਿਹੜਾ ਨਾ ਇਹ ਪਿਛਲਿਆਂ ਨੇ ਖਤਮ ਕੀਤਾ ਇਹਦੇ, ਹਾਂ ਪਹਿਲੇ ਉਹਨਾਂ ਨੇ ਇਹਨੂੰ ਖਤਮ ਸ਼ੁੱਧ ਕੀਤਾ, ਫਿਰ ਇਹ ਆ ਕੇ ਹੁਣ ਇਮਰਾਨ ਖਾਨ ਨੂੰ ਖਤਮ ਸ਼ੁੱਧ ਕਰ ਰਹੀ ਹੈ। ਦੇਖ ਕੇ ਇਹ ਪੈਗਾਮ ਦੇ ਰਹੇ ਜਾ ਰਿਹਾ ਕਿ ਆਵਾਮ ਨੂੰ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜਿੰਨੇ ਮਰਜ਼ੀ ਵੋਟ ਵੋਟ ਪਾ ਲਓ ਜੀ, ਹਾਂ ਅਸੀਂ ਤਾਂ ਨਹੀਂ ਆਉਣ ਦੇਣਾ, ਜੋ ਮਰਜ਼ੀ ਕਰ ਲਓ। ਬਈ ਠੀਕ ਹੈ, ਅਗਰ ਤੁਸੀਂ ਨਹੀਂ ਆਉਣ ਦੇਣਾ ਹੋਣਾ ਤਾਂ ਫਿਰ ਤੁਹਾਡੇ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਕੀ ਸੀ ਕਿ ਅਸੀਂ ਨਹੀਂ ਆਉਣ ਦੇਣਾ, ਹੈ ਤੁਹਾਨੂੰ ਫਿਰ ਕਹਿਣ ਦੀ ਜ਼ਰੂਰਤ ਕੋਈ ਨਹੀਂ ਸੀ। ਹਾਂ ਜੇ ਤੁਸੀਂ ਵਾਕਈ ਇੰਨੀ ਤਾਕਤ ਹੁੰਦੀ ਤੁਹਾਡੇ, ਤੁਸੀਂ ਰੋਕ ਸਕਦੇ, ਹਾਂ ਤਾਂ ਫਿਰ ਤੁਸੀਂ ਰੋਕ ਲੈਣਾ ਸੀ। ਕਹਿੰਦੇ ਕਿ ਜੋ ਗਰਜ ਤੇ ਹੈ ਉਹ ਬਰਸ ਤੇ ਨਹੀਂ। ਹਾਂਜੀ, ਤੁਸੀਂ ਇਹ ਗਰਜ ਕੇ ਤੁਸੀਂ ਆਪਣੀ ਗਰਜ ਵੀ ਮੁਕਾ ਲਈ ਹੈ, ਉੱਤੋਂ ਇਹ ਚੁੰਨੀਆਂ ਤੁਸੀਂ ਲਿਆਉਂਦੇ ਹੋ ਸਾਡੇ ਸਾਹਮਣੇ। ਹਾਂ, ਉਹ ਬੰਦਾ ਵੈਸੇ ਲੱਖ ਦੀ ਭੇਜ ਕੇ ਅੱਗੇ ਨਿਕਲ ਜਾਂਦਾ। ਹਾਂ, ਇਹ ਤੁਹਾਨੂੰ ਸਿਰਫ ਰੋਕਣ ਵਾਸਤੇ ਕਿ ਕੱਲ੍ਹ ਜਿਹੜਾ ਤੁਸੀਂ ਵੋਟ ਪਾਉਣ ਜਾਣਾ, ਹਾਂਜੀ ਜਿਹੜੇ ਆਪਣਾ ਜ਼ਮੀਨੀ ਇੰਤਖਾਬਾਤ ਹੋ ਰਹੇ ਨੇ ਉਹਦੇ 'ਚ ਨਿਕਲਣਾ ਨਾ, ਵੱਲੋਂ ਵੋਟ ਜਿਹੜੇ ਪਾਉਣ ਨਿਕਲਣਾ, ਉਹਨਾਂ ਨੂੰ ਜਰਾ ਨਾ ਡਿਸਾਈਡ ਕਰੋ ਕਿ ਬਈ ਜੋ ਮਰਜ਼ੀ ਪਾ ਲਓ ਤੁਸੀਂ, ਅਸੀਂ ਤਾਂ ਅਸੀਂ ਬਣਾ ਲੈਣਾ, ਅਸੀਂ ਤਾਂ ਕਰ ਲੈਣਾ। ਬਈ ਠੀਕ ਹੈ, ਜਦੋਂ ਬਿੱਛੂ ਦੀ ਆਦਤ ਹੈ ਉਹਨੇ ਡੰਗ ਮਾਰਨਾ ਹੀ ਮਾਰਨਾ। ਹਾਂਜੀ, ਅਤੇ ਫਿਰ ਅਸੀਂ ਆਪਣੀ ਆਦਤ ਕਿਵੇਂ ਬਦਲੀਏ? ਹਾਂ, ਅਸੀਂ ਤਾਂ ਖਾਨ ਦੇ ਪਿੱਛੇ ਜਾਣਾ ਹੀ ਜਾਣਾ, ਅਸੀਂ ਖਾਨ ਨੂੰ ਵੋਟ ਪਾਉਣਾ ਹੀ ਪਾਉਣਾ। ਖਾਨ ਦਾ ਪੈਗਾਮ ਆ ਗਿਆ ਕਿ ਬਈ ਜੋ ਮਰਜ਼ੀ ਕਵੇ, ਜੋ ਚਾਹੇ ਗਰੀਦਾ ਆ ਕੇ ਤੁਹਾਨੂੰ ਜਿੰਨੀਆਂ ਮਰਜ਼ੀ ਚੁੰਮੀਆਂ ਦੇਵੇ, ਹਾਂ ਤੇਰਾ ਦਿਲ ਕਰਦਾ ਤੁਸੀਂ ਚੁੰਮੀਆਂ ਲੈ ਲਓ, ਐਸੀ ਕੋਈ ਗੱਲ ਨਹੀਂ, ਪਾਬੰਦੀ ਕੋਈ ਨਹੀਂ ਤੁਹਾਡੇ 'ਤੇ, ਅਤੇ ਨਹੀਂ ਹਾਂ ਦਿਲ ਕਰਦੇ ਲਵੋ। ਹਾਂਜੀ, ਜਾਂ ਫਿਰ ਥੁੱਕ ਕੇ ਤਾਂ ਜਾ ਕੇ ਵੋਟ ਪਾਇਓ। ਲਿਆ ਡਾਲਾ।